ਜਰਨਲ ਕੁਲਦੀਪ ਬਰਾੜ ਦੇ ਮੁਤਾਬਕ ਉਹ ਕਹਿੰਦਾ ਆਣ ਕੇ 1 ਜੂਨ 1984 ਨੂੰ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰਲਾ ਕੰਟਰੋਲ ਜਿਹੜਾ ਆਪਣੇ ਕਬਜ਼ੇ ਵਿੱਚ ਲੈ ਲਿਆ। ਹੁਣ ਵਿਚਾਰ ਇਹ ਬਣਾਈ ਗਈ ਕਿ ਹਮਲਾ ਕਰਕੇ 2.5 ਘੰਟੇ ਦੇ ਵਿੱਚ ਵਿੱਚ ਹਰਿਮੰਦਰ ਸਾਹਿਬ ਨੂੰ ਫਤਿਹ ਕਰਕੇ ਭਿੰਡਰਾਂਵਾਲਾ ਗ੍ਰਿਫਤਾਰ ਕਰਕੇ ਦਿੱਲੀ ਪਹੁੰਚਾ ਦਿੱਤਾ ਜਾਵੇ। ਇਹ ਹਮਲਾ ਕਰਨ ਦੇ ਵਾਸਤੇ 2200 ਜਰਨੈਲ ਸਭ ਤੋਂ ਪਹਿਲਾਂ ਆਪਣੀਆਂ ਕੋਹਣੀਆਂ ਦੇ ਪਰ ਰੀਂਗਦਾ ਹੋਇਆ ਹਰਿਮੰਦਰ ਸਾਹਿਬ 'ਚ ਦਾਖਲ ਹੋਵੇਗਾ। 2200 ਜਵਾਨ ਉਹਨਾਂ ਨੂੰ ਕਵਰਿੰਗ ਫਾਇਰ ਦੇਵੇਗਾ। ਜਿਹੜੇ ਵੀਰ ਪੁਲਿਸ ਵਿੱਚ CRP BSF ਜਾਂ ਆਰਮੀ ਵਿੱਚ ਹਨ ਉਹ ਭਾਸ਼ਾ ਨੂੰ ਚੰਗੀ ਤਰੀਕੇ ਨਾਲ ਜਾਣਦੇ ਨੇ। ਅਸੀਂ ਤਾਂ ਪੜ੍ਹ ਹੀ ਸਕਦੇ ਹਾਂ, ਬਾਕੀ ਸਾਨੂੰ ਨਹੀਂ ਪਤਾ ਕਿ ਕਿੰਨਾ ਕੁ ਫਾਇਦਾ ਕਰਦਾ ਕਵਰਿੰਗ ਫਾਇਰ ਉਹ ਕਿਸ ਤਰੀਕੇ ਨਾਲ ਦਿੱਤਾ ਜਾਂਦਾ। 1700 ਜਵਾਨ ਉਹਨੂੰ ਕਵਰਿੰਗ ਫਾਇਰ ਦੇਵੇ, 10,000 ਜਵਾਨ ਪਿੱਛੇ ਸਪੇਅਰ ਰੱਖਿਆ ਜਾਵੇਗਾ ਜਿਹੜਾ ਸਾਰਾ ਕੰਟਰੋਲ ਆਪਣੇ ਹੱਥ ਚ ਲਵੇਗਾ। ਇਹ 2200 ਦੇ ਵਿੱਚ 1880 ਬੰਦੇ ਉਹ ਹਨ ਜਿਨ੍ਹਾਂ ਨੇ ਪਾਕਿਸਤਾਨ ਦੀ ਆਰਮੀ ਦੇ 71 ਦੇ ਵਿੱਚ ਦੰਦ ਖੱਟੇ ਕੀਤੇ ਸਨ, ਇਹ ਉਹ ਹਨ। ਇਹਨਾਂ ਦੇ ਵਿੱਚ ਚੁਨਿੰਦਾ ਉਹ ਜਰਨੈਲ, ਉਹ ਅਫੀਸਰ, ਉਹ ਸਿਪਾਹੀ ਜਿਨ੍ਹਾਂ ਦੇ ਹੱਡਾਂ 'ਚ ਮੌਤ ਦਾ ਭੈ ਹੀ ਕੋਈ ਨਹੀਂ। ਔਰ ਕਹਿੰਦਾ ਫਿਰ ਸਾਨੂੰ ਹਦਾਇਤ ਆਈ ਕਿ ਜੇਕਰ ਗੱਲਬਾਤ ਦੇ ਨਾਲ ਗੱਲ ਬਣਦੀ ਹੈ ਤੇ ਹਮਲਾ ਅਜੇ ਨਾ ਕੀਤਾ ਜਾਵੇ। ਸੋ ਸਭ ਤੋਂ ਪਹਿਲਾਂ $1 ਅਰਬ ਭਿੰਡਰਾਂਵਾਲੇ ਨੂੰ ਲਾਲਚ ਦੇ ਤੌਰ ਦੇ ਉੱਤੇ ਪੇਸ਼ਕਸ਼ ਕੀਤੀ ਗਈ ਕਿ $1 ਅਰਬ ਤੁਹਾਨੂੰ ਦਿੱਤਾ ਜਾਂਦਾ ਹੈ ਜਿਹੜਾ ਤੁਹਾਡੇ ਕੁਝ ਚੇਲਿਆਂ ਦੇ ਨਾਂ ਜਿਹੜੇ ਅਮਰੀਕਾ ਜਾਂ ਕੈਨੇਡਾ ਦੀ ਧਰਤੀ ਦੇ ਉੱਤੇ ਹਨ 10 ਬੰਦਿਆਂ ਦੇ ਨਾਂ ਟ੍ਰਾਂਸਫਰ ਕਰ ਦਿੱਤਾ ਜਾਵੇਗਾ। ਤੁਹਾਨੂੰ ਇੰਡੀਅਨ ਆਰਮੀ ਡਰਾਮੇ ਦੇ ਤੌਰ ਦੇ ਉੱਤੇ ਗ੍ਰਿਫਤਾਰ ਕਰੇਗੀ, ਪਾਕਿਸਤਾਨ ਪਹੁੰਚਾਵੇਗੀ, ਉਸ ਤੋਂ ਬਾਅਦ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ। ਜੇਕਰ ਇਹ ਮਨਜ਼ੂਰ ਨਹੀਂ ਤੇ ਸੈਂਸਰ ਲਾ ਕੇ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਜਾਵੇਗਾ। ਸਾਡੇ ਸਾਰੇ MLA ਦੀ ਹਦਾਇਤ ਹਮਾਇਤ ਤੁਹਾਨੂੰ ਹੋਵੇਗੀ, ਤੁਸੀਂ ਆਪਣੀ ਮਰਜ਼ੀ ਦੇ ਨਾਲ ਫੈਸਲੇ ਕਰੋਗੇ। ਕੁਝ ਮੰਗਾਂ ਤੁਹਾਡੀਆਂ ਮੰਨ ਲਈਆਂ ਜਾਣਗੀਆਂ, ਕੁਝ ਤੁਹਾਨੂੰ ਛੱਡਣੀਆਂ ਪੈਣਗੀਆਂ। ਇਸ ਕੰਮ ਦੇ ਵਾਸਤੇ 14 ਸਿੱਖ ਫੌਜੀ ਸ੍ਰੀ ਹਰਿਮੰਦਰ ਸਾਹਿਬ ਭਿੰਡਰਾਂਵਾਲੇ ਨੂੰ ਲਾਲਚ ਦੇਣ ਵਾਸਤੇ ਤੋਰੇ ਗਏ ਔਰ ਮਹਾਂਪੁਰਸ਼ਾਂ ਨੇ ਉਹਨਾਂ ਦੇ ਉੱਤੇ ਇੰਨਾ ਪ੍ਰਭਾਵ ਪਾਇਆ ਕਿ ਉਹ 14 ਦੇ 14 ਸਿੱਖ ਫੌਜੀ ਮੁੜ ਕੇ ਵਾਪਸ ਨਾ ਆਏ, ਉਹ ਸੰਤਾਂ ਦੇ ਕੋਲ ਹੀ ਰਹਿ ਗਏ। ਜਿਹੜੇ ਮਨਾਉਣ ਵਾਸਤੇ ਗਏ ਸਨ ਉਹ ਆਰਮੀ ਨਾਲ ਟੱਕਰ ਲੈਣ ਵਾਸਤੇ ਤਿਆਰ ਹੋ ਗਏ। ਫਿਰ ਲਿਖਦਾ ਕਹਿੰਦਾ ਮੈਨੂੰ ਵੈਦਿਆ ਦੀ ਹਦਾਇਤ ਆਈ ਕਿ ਰਾਤ ਨੂੰ ਹਮਲਾ ਕਰ ਦਿੱਤਾ ਜਾਵੇ, ਪਰ ਮੈਂ ਜਾਣਦਾ ਸਾਂ ਅਗਲੇ ਪਾਸੇ ਆਫੀਸਰ ਉਹ ਹੈ ਜਿਹਦੀ ਕਮਾਂਡ ਦੇ ਥੱਲੇ ਕਹਿੰਦਾ ਮੈਂ ਟ੍ਰੇਨਿੰਗ ਲਈ ਸੀ, ਉਹ ਸੀ ਜਨਰਲ ਸੁਬੇਗ ਸਿੰਘ। ਜਨਰਲ ਕੁਲਦੀਪ ਬਰਾੜ ਕਹਿੰਦਾ ਦੇਹਰਾਦੂਨ ਦੀ ਧਰਤੀ ਦੇ ਉੱਤੇ ਉਹ ਮੇਰਾ ਉਸਤਾਦ ਹੋਇਆ ਕਰਦਾ ਸੀ। ਇਹ ਉਹ ਜਨਰਲ ਹੈ ਜਿਹਨੇ 90,000 ਪਾਕਿਸਤਾਨ ਆਰਮੀ ਦੇ ਹਥਿਆਰ ਸੁਟਵਾਏ ਸਨ। ਜਨਰਲ ਅਰੋੜਾ ਉਦੋਂ ਸੀਨੀਅਰ ਸੀ, ਇਹ ਜੂਨੀਅਰ ਸੀ। 90,000 ਇਹ ਪਾਕਿਸਤਾਨ ਆਰਮੀ ਦੇ ਸ਼ਸਤਰ ਸਟਵਾਉਣ ਵਾਲਾ ਜਨਰਲ ਸੁਬੇਗ ਸਿੰਘ ਅੰਦਰ ਪਹਿਲਾਂ ਦੇ ਕੇਸ ਕੱਟੇ ਹੋਏ ਸਨ,
ਫਿਰ ਸੰਤਾਂ ਦੇ ਸੰਪਰਕ ਵਿੱਚ ਆਇਆ ਔਰ ਤਿਆਰ ਬਰ ਤਿਆਰ ਚੜ੍ਹਦੀ ਕਲਾ ਵਾਲਾ ਸਿੰਘ ਸੱਜ ਗਏ। ਮੈਂ ਸਮਝਦਾ ਸਾਂ ਬੜਾ ਦੂਰ ਅੰਦੇਸ਼ੀ ਔਰ ਤੇਜ਼ ਦਿਮਾਗ ਹੈ ਔਰ ਕਹਿੰਦਾ ਮੇਰੇ ਪ੍ਰੋਗਰਾਮ ਬਣੇ ਹੋਏ ਦੇ ਮੁਤਾਬਕ ਸਾਰੀ ਰਾਤ ਔਰ ਸਾਰਾ ਦਿਨ ਹਦਾਇਤ ਕੀਤੀ ਗਈ ਕਿ ਬਾਹਰੋਂ ਗੋਲੀ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ ਚਲਾਈ ਜਾਵੇ ਤਾਂ ਕਿ ਸਿੰਘਾਂ ਦੇ ਹਥਿਆਰਾਂ ਦੀ ਪਰਖ ਕਰ ਲਈ ਜਾਵੇ ਕਿ ਇਹਨਾਂ ਦੇ ਕੋਲ ਕਿਹੜਾ ਕਿਹੜਾ ਸ਼ਸਤਰ ਹੈ। ਸਾਰਾ ਦਿਨ ਆਟੋਮੈਟਿਕ ਹਥਿਆਰਾਂ ਦੇ ਨਾਲ ਅਸੀਂ ਹਰਿਮੰਦਰ ਸਾਹਿਬ ਤੇ ਫਾਇਰਿੰਗ ਕਰਦੇ ਰਹੇ ਔਰ ਸਿੰਘ ਜਿਹੜੇ ਸਨ ਅੰਦਰ ਦੁਨਾਲੀਆਂ ਬੰਦੂਕਾਂ ਦੇਸੀ ਪਿਸਤੌਲਾਂ ਦੇ ਨਾਲ ਸਾਡੀ ਫਾਇਰਿੰਗ ਦਾ ਜਵਾਬ ਦਿੰਦੇ ਰਹੇ ਔਰ ਕਹਿੰਦਾ ਸੀ ਮਨ ਹੀ ਮਨ ਖੁਸ਼ ਸਾਂ ਕਿ ਜਿਹੜੀ ਗੱਲ ਦਿੱਤੇ ਇਹ ਅੜੇ ਹੋਏ ਨੇ ਜਦੋਂ ਅਸੀਂ ਆਪਣੇ ਆਟੋਮੈਟਿਕ ਹਥਿਆਰਾਂ ਦੇ ਨਾਲ ਹਰਿਮੰਦਰ ਸਾਹਿਬ ਤੇ ਹਮਲਾ ਬੋਲਿਆ ਅਸੀਂ 2.5 ਘੰਟੇ ਕਹਿੰਦੇ ਹਾਂ ਇਹਨਾਂ ਨੇ 1.5 ਘੰਟੇ ਦੇ ਵਿੱਚ ਸਾਡੇ ਸਾਹਮਣੇ ਸਿਲੰਡਰ ਕਰ ਦੇਣਾ ਹਥਿਆਰ ਸੁੱਟ ਦੇਣੇ। ਆਖਰ ਦਿਨ ਨਿਯਤ ਕਰ ਲਿਆ ਰਾਤ ਦੇ 12 ਵਜੇ ਤਰੀਕ ਬਦਲ ਜਾਂਦੀ ਹੈ 3 ਜੂਨ 1984 ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕੀਤਾ ਜਾਵੇਗਾ। 2 ਜੂਨ ਨੂੰ ਰਾਤ 11 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਪਲਾਈ ਬੰਦ ਕਰ ਦਿੱਤੀ ਗਈ, ਬਿਜਲੀ ਕੱਟ ਦਿੱਤੀ ਗਈ। ਇਹ 2 ਜੂਨ ਦਾ ਦਿਨ ਵੀ ਸਾਰਾ ਦਿਨ ਫਾਇਰਿੰਗ ਕਰਕੇ ਅਸੀਂ ਚੈੱਕ ਕਰਦੇ ਰਹੇ ਪਰ 3 ਜੂਨ ਦੀ ਰਾਤ 12 ਵਜੇ ਦੇ ਕਰੀਬ ਉਹ ਸਿੰਘਾਂ ਦੇ 12 ਵਾਲੀ ਘਟਨਾ ਅਸੀਂ ਇਹ ਮਨ ਵਿੱਚ ਵਿਚਾਰ ਕੀਤੀ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕਰ ਦਿੱਤਾ ਜਾਵੇ। ਇਹਦੇ ਵਾਸਤੇ ਪਹਿਲਾਂ ਬਣੀ ਪਲੈਨਿੰਗ ਦੇ ਅਨੁਸਾਰ 2200 ਬੰਦਾ ਰੀਂਗਦਾ ਹੋਇਆ ਕੋਹਣੀਆਂ ਦੇ ਪਾਰ ਪਰਿਕਰਮਾ ਵਿੱਚ ਦਾਖਲ ਹੋਵੇਗਾ, 1700 ਬੰਦਾ ਕਵਰਿੰਗ ਫਾਇਰ ਦੇਵੇਗਾ, 10,000 ਬੰਦਾ ਸਪੇਅਰ ਰੱਖਿਆ ਜਾਵੇਗਾ ਔਰ ਹਦਾਇਤ ਕੀਤੀ ਗਈ ਭਾਵੇਂ ਕੋਈ ਮੁਸਾਫਰ ਤੇ ਭਾਵੇਂ ਦੂਜਾ ਤੇ ਭਾਵੇਂ ਤੀਜਾ ਭਾਵੇਂ ਨਿਹੱਥਾ ਤੇ ਭਾਵੇਂ ਸ਼ਸਤਰ ਵਾਲਾ ਜਿਹੜਾ ਵੀ ਸਾਹਮਣੇ ਆਉਂਦਾ ਗੋਲੀ ਮਾਰ ਕੇ ਮਾਰ ਦਿੱਤਾ ਜਾਵੇ, ਕੋਈ ਜਿਉਂਦਾ ਨਾ ਛੱਡਿਆ ਜਾਵੇ। ਇਹ ਹਦਾਇਤਾਂ ਸਨ ਸਨ ਔਰ ਕਹਿੰਦਾ ਇਹ ਗੱਲ ਅਸੀਂ 8 ਜੂਨ ਨੂੰ ਵੇਖੀਏ ਵੀ ਸਾਡੇ ਨਾਲ ਭਾਣਾ ਕੀ ਵਾਪਰਿਆ। 3 ਜੂਨ ਦੀ ਰਾਤ ਨੂੰ ਰੀਂਗਦੀ ਹੋਈ ਇੰਡੀਅਨ ਆਰਮੀ 2200 ਜਰਨੈਲ ਜਦੋਂ ਪ੍ਰਕਰਮਾ ਵਿੱਚ ਦਾਖਲ ਹੋਇਆ ਤੇ ਮੌਤ ਵਰਗੀ ਚੁੱਪ ਸੀ ਉਸ ਵੇਲੇ, ਕਿਸੇ ਪਾਸਿਓਂ ਗੋਲੀ ਦਾ ਕੋਈ ਖੜਾਕ ਨਹੀਂ ਸੀ ਆ ਰਿਹਾ। ਬਾਅਦ ਵਿੱਚ 1700 ਬੰਦਾ ਉਹਨਾਂ ਨੂੰ ਫਾਇਰਿੰਗ ਕਵਰ ਫਾਇਰਿੰਗ ਦੇਣ ਵਾਸਤੇ ਤਿਆਰ ਸੀ ਪਰ ਕਹਿੰਦਾ ਸਾਡੀਆਂ ਮੂੰਹ ਵਿੱਚ ਉਂਗਲਾਂ ਪੈ ਗਈਆਂ ਜਦੋਂ 2200 ਬੰਦਾ 3 ਮਿੰਟ ਦੇ ਵਿੱਚ ਵਿੱਚ ਸਿੰਘਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਜਿਹੜੀਆਂ ਗੋਲੀਆਂ ਆ ਰਹੀਆਂ ਸਨ ਇਹਨਾਂ ਦੇ ਹੈਲਮਟ ਚੀਰ ਕੇ ਇਹਨਾਂ ਦੇ ਸਰੀਰ ਵਿੱਚੋਂ ਪਾਰ ਲੰਘ ਕੇ ਦੂਸਰੇ ਨੂੰ ਵੱਜ ਰਹੀਆਂ ਸਨ। ਇਹ 2200 ਜਰਨੈਲ ਜ਼ਮੀਨ ਤੋਂ 4 ਇੰਚ ਉੱਚਾ ਉੱਠਦਾ ਸੀ, ਠੰਡਾ ਹੋ ਜਾਂਦਾ ਸੀ, ਫਿਰ ਡਿੱਗ ਪੈਂਦਾ ਸੀ। 2200 ਜਰਨੈਲ ਇਹ ਜਿਹੜੇ ਸਿਪਾਹੀ ਸਨ, 1700 ਬੰਦੇ ਕਵਰਿੰਗ ਫਾਇਰ ਦੇਣ ਵਾਲੇ ਸਿੰਘਾਂ ਨੇ 5 ਮਿੰਟ ਵਿੱਚ ਸਾਰੇ ਦੇ ਸਾਰੇ ਮਾਰ ਦਿੱਤੇ। ਇਹਨਾਂ 'ਚ ਜਿਉਂਦੇ ਕਿੰਨੇ ਸਨ ਬਚੇ? 168 ਬੰਦੇ ਜਿਉਂਦੇ ਬਚੇ, ਬਾਕੀ ਸਾਰੇ ਦੇ ਸਾਰੇ ਮਾਰ ਦਿੱਤੇ, ਫਾਇਰਿੰਗ ਬੰਦ ਕਰ ਦਿੱਤੀ ਗਈ। ਸਿੰਘਾਂ ਵਾਲੇ ਪਾਸੇ ਵੀ ਫਾਇਰਿੰਗ ਬੰਦ ਹੋ ਗਈ। ਅਸੀਂ ਅਲਾਰਮ ਵਜਾ ਦਿੱਤਾ, ਬਾਕੀ ਸਿਪਾਹੀਆਂ ਨੂੰ ਬਾਹਰ ਆਉਣ ਦੀ ਹਦਾਇਤ ਕੀਤੀ। ਜਿਹੜੇ ਅਸੀਂ ਸੋਚਦੇ ਸਾਂ ਕਿ ਅਸੀਂ 2.5 ਘੰਟੇ 'ਚ ਹਰਿਮੰਦਰ ਸਾਹਿਬ ਫਤਿਹ ਕਰ ਲੈਣਾ,
ਅਸੀਂ ਸਿੰਘਾਂ ਦਾ ਬਿਨਾਂ ਨੁਕਸਾਨ ਕੀਤੇ ਆਪਣਾ ਤਕਰੀਬਨ 3,500 ਤੋਂ ਵੱਧ ਬੰਦਾ ਮਰਵਾ ਚੁੱਕੇ ਹਾਂ ਔਰ 3,500 ਬੰਦਾ ਮਰਵਾਉਣ ਲੱਗਿਆ ਸਾਨੂੰ 5 ਮਿੰਟ ਦਾ ਸਮਾਂ ਨਾ ਲੱਗਾ। ਅਗਲੇ ਦਿਨ ਸਪੀਕਰ ਦੇ ਉੱਤੇ ਅਨਾਊਂਸਮੈਂਟ ਕੀਤੀ ਗਈ ਕਿ ਜਿਹੜੀਆਂ ਲਾਸ਼ਾਂ ਪਈਆਂ ਹੋਈਆਂ ਹਨ ਸਾਨੂੰ ਚੁੱਕਣ ਵਾਸਤੇ ਦਿੱਤੀਆਂ ਜਾਣ, ਜੇਕਰ ਇਹਨਾਂ ਨੂੰ ਨਾ ਚੁੱਕਿਆ ਗਿਆ ਬਦਬੂ ਪੈ ਜਾਵੇਗੀ, ਗਰਮੀ ਹੈ। ਇਹ ਸਾਡੀ ਬੇਨਤੀ ਸੰਤਾਂ ਨੇ ਪ੍ਰਵਾਨ ਕਰ ਲਈ, ਫਾਇਰਿੰਗ ਬੰਦ ਕਰ ਦਿੱਤੀ ਗਈ। 150 ਭੰਗੀ ਮੰਗਵਾਇਆ ਗਿਆ ਜਿਨ੍ਹਾਂ ਨੇ 3 ਘੰਟਿਆਂ 'ਚ ਇਹਨਾਂ ਬੰਦਿਆਂ ਦੀਆਂ ਲਾਸ਼ਾਂ ਚੁੱਕ ਕੇ ਬਾਹਰ ਕੱਢੀਆਂ ਔਰ ਜਦੋਂ ਵੇਖਿਆ ਗਿਆ ਇਹਨਾਂ ਲਾਸ਼ਾਂ ਦੇ ਵਿੱਚੋਂ ਮਸ਼ੀਨ ਗਨ ਦੀਆਂ ਗੋਲੀਆਂ ਨਿਕਲੀਆਂ। 3 ਦਿਨ ਦੀ ਫਾਇਰਿੰਗ ਦੇ ਨਾਲ ਸਾਨੂੰ ਇਹ ਨਹੀਂ ਸੀ ਪਤਾ ਲੱਗਾ ਕਿ ਸਿੰਘਾਂ ਦੇ ਕੋਲ ਮਸ਼ੀਨ ਗੰਨਾਂ ਵੀ ਹਨ, ਉਹ ਮਾਰੇ ਜਾ ਚੁੱਕੇ। ਫਿਰ ਤਿਆਰੀ ਕੀਤੀ ਗਈ ਹੁਣ ਕੀ ਕੀਤਾ ਜਾਵੇ। ਹੁਣ ਇਹ ਗੱਲ ਕੀਤੀ ਗਈ